ਐਡਾ ਅਨਪੜ੍ਹ ਨੀ ਹੈਗਾ ਮੈਂ, ਮੇਰੀ ਗੱਲ ਸੁਣੋ, ਐਡਾ ਅਨਪੜ੍ਹ ਨੀ ਹੈਗਾ ਮੈਂ, ਮੇਰੀ ਗੱਲ ਸੁਣੋ ਮੈਡਮ, ਜ਼ਿਆਦਾ ਵੀ ਨੀ ਮੈਂ ਪੜ੍ਹਿਆ ਤੇ ਮੈਂ ਬਿਲਕੁਲ ਵੀ ਘੱਟ ਵੀ ਨੀ ਪੜ੍ਹਿਆ। ਫਿਰ ਬਾਅਦ ਚ ਆਏ ਰਾਣਾ ਗੁਰਜੀਤ ਦੇ ਬੰਦੇ ਮਸ਼ੀਨ ਲੈ ਕੇ, ਠੀਕ ਆ, ਨਾਲ ਲੈ ਕੇ ਆਏ ਮੈਡਮ ਘੱਟੋ ਘੱਟ 40-50 ਦੇ ਕਰੀਬ ਗੁੰਡੇ। ਪੁਲਿਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਕਿਹਾ ਵੀ ਚੱਕੋ ਇਹਨੂੰ ਇੱਥੋਂ ਤੇ ਟ੍ਰਾਂਸਫਰ ਕਰੋ ਦੂਸਰੇ ਦੇ ਵਿੱਚ ਗੰਨਾ ਤੇ ਇਹ ਰਾਹ ਖਾਲੀ ਕਰੋ। ਮੈਡਮ ਪੁਲਿਸ ਨੇ ਉਹਨਾਂ ਨੂੰ ਕੋਆਪਰੇਟ ਕੀਤਾ। ਬੰਦਾ ਜਦੋਂ ਬਹੁਤ ਜ਼ਿਆਦਾ ਅੱਕਿਆ ਹੋਵੇ ਨਾ, ਉਦੋਂ ਤੱਕ ਕਿਸੇ ਨੂੰ ਸੁਣਨ ਜੀ ਨਹੀਂ ਕਰਦਾ। ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹੋਵਾਂ, ਤੁਸੀਂ ਅੱਕੇ ਜੇ, ਤੁਸੀਂ ਬਹੁਤ ਅੱਕੇ ਸੜੇ ਪਏ ਜੇ, ਤੁਸੀਂ ਨਹੀਂ ਸੁਣਨ ਲਿਆ। ਕੀ ਤੁਹਾਨੂੰ ਲੱਗਦਾ ਕਿ ਅਸੀਂ ਇੱਥੇ ਹੁਣ ਬੈਠਾਂਗੇ ਤੇ ਇਮੀਡੀਏਟ ਸਵਾਲ ਕਰਦਾ ਮੈਂ, ਮੇਰੇ ਸਵਾਲਾਂ ਦੇ ਜਵਾਬ ਦੇ ਦਿਓ। ਮੈਂ ਸਵਾਲ ਕਰਦਾ ਮੈਂ, ਮੇਰੇ ਜਵਾਬ ਦੇ ਦਿਓ। ਰੱਦ ਮਤਾ ਪਾਇਆ ਫੈਕਟਰੀ ਲੱਗ ਗਈ, ਕਿਹਨੂੰ ਪਾਇਆ ਰੱਦ ਮਤਾ? ਤੁਸੀਂ ਪਾਇਆ ਬੀਡੀਪੀਓ ਨੂੰ, ਤੁਹਾਡਾ ਫਰਜ਼ ਨਹੀਂ ਸੀ ਬਣਦਾ ਜਾ ਕੇ ਬੀਡੀਪੀਓ ਨੂੰ ਪੁੱਛਣ ਦਾ ਕਿ ਤੁਸੀਂ ਅਗਲੀ ਕਾਰਵਾਈ ਕੀ ਕੀਤੀ ਹੈ। ਬੜੇ ਸੋਹਣੇ, ਬੜੀ ਸੋਹਣੀ ਗੱਲ ਤੁਸੀਂ ਕਹਿਣ ਦਾ, ਕੀ ਗੱਲ ਹੈ? ਮੇਰੀ ਗੱਲ ਤਾਂ ਸੁਣ ਲਓ, ਐਡਾ ਅਨਪੜ੍ਹ ਨਹੀਂ ਹੈਗਾ ਮੈਂ, ਮੇਰੀ ਗੱਲ ਐਡਾ ਅਨਪੜ੍ਹ ਨਹੀਂ ਹੈਗਾ ਮੈਂ, ਮੇਰੀ ਗੱਲ ਸੁਣੋ। ਹਾਂਜੀ ਮੈਡਮ, ਜ਼ਿਆਦਾ ਵੀ ਨਹੀਂ ਮੈਂ ਪੜ੍ਹਿਆ, ਬੀਡੀਪੀਓ ਨੂੰ ਲੈਟਰ ਗਈ ਆ, ਬੀਡੀਪੀਓ ਤੋਂ ਬਾਅਦ ਆ ਪ੍ਰੋਪਰ ਚੈਨਲ ਡੀਡੀਪੀਓ ਏਡੀਸੀ ਤੇ ਪ੍ਰੋਪਰ ਡੀਸੀ ਗਈ। ਤੁਸੀਂ ਉਹ ਲੈਟਰਸ ਲੈਣ ਦੀ ਕੋਸ਼ਿਸ਼ ਕੀਤੀ ਕਿ ਉਹ ਬੀਡੀਪੀਓ ਨੇ ਕੀ ਲਿਖ ਕੇ ਭੇਜਿਆ ਸੀ? ਹਾਂ ਬਿਲਕੁਲ ਮੈਡਮ, ਉਸ ਤੋਂ ਬਾਅਦ ਫਿਰ ਅਗਲਾ ਮਤਲਬ ਸੁਣਾਉਣਾ ਲਿਆਓ ਜੀ, ਰਜਿਸਟਰ ਲਿਆਓ, ਰਜਿਸਟਰ ਲਿਆ ਕੇ ਲਿਆਓ ਮੈਡਮ, ਸਾਰਾ ਕੁਝ ਮੇਰੇ ਕੋਲ ਪ੍ਰੂਫ ਹੈ ਗਿਆ, ਤੁਸੀਂ ਬੋਲਦਾ ਪਿਆ ਮੈਡਮ, ਮੈਂ ਪ੍ਰੂਫ ਹੈ ਗਿਆ ਬੋਲਦਾ ਪਿਆ ਵਾ। ਤੁਸੀਂ ਬੋਲ ਨਹੀਂ ਰਹੇ, ਤੁਸੀਂ ਲੜ ਰਹੇ ਹੋ, ਰਜਿਸਟਰ ਲਿਆ ਕੇ ਲਿਆਓ। ਗੱਲ ਕਰਦਾ ਮੇਰੀ ਗੱਲ ਸੁਣ ਲਓ, 32 ਸਾਲ ਤੋਂ ਜਲੀਲ ਹੋ ਰਹੇ ਆਪਾਂ ਲੋਕ, 3 ਸਾਲ ਤੋਂ ਅਸੀਂ ਪੀੜਤਾ, ਧਰਨੇ ਲਾ ਲਾ ਕੇ ਪਰਚੇ ਵੀ ਕਰਾ ਲਏ ਸਭ ਕੋਲ। ਮੈਡਮ 3 ਸਾਲ ਹੋ ਗਿਆ, ਕਿਹੜੀਆਂ ਮੀਟਿੰਗਾਂ ਨਹੀਂ ਕੀਤੀਆਂ? ਕਿਹੜੇ ਡੀਸੀ ਨਾਲ ਮੀਟਿੰਗ ਹੋਈ? ਤੁਸੀਂ ਲਿਖਤੀ ਦੇ ਦੋ ਸਾਨੂੰ, ਤੁਸੀਂ ਇੱਥੇ ਹੁਣ ਲਿਖਤੀ ਦੋ, ਜਾਓ ਉੱਠਾਂਗੇ। ਕੀ ਲਿਖਾਉਣਾ? ਨੰਬਰ 1 ਆ ਰਸਾ ਜਿਹੜਾ ਵਾ ਇਹ ਪਿੰਡ ਵਾਸੀਆਂ ਦੀ ਹੋਊਗਾ।
ਲਿਖੋ ਮੇਰੇ ਕੋਲ ਇੰਨੀ ਅਥਾਰਟੀ ਹੈਗੀ ਹੈ ਕਿ ਮੈਂ ਫਿਰ ਜਿਹਦੇ ਕੋਲ ਹੈਗੀ ਆ ਉਹਦੀ ਤਾਂ ਡਿਮਾਂਡ ਕਰਨੇ ਮੈਡਮ ਜੀ ਅਸੀਂ ਜੋ ਸਵੇਰੇ ਇੱਥੇ ਬੈਠੇ ਆ ਨਾ ਬਹਿਣ ਤੋਂ ਬਾਅਦ ਵਿੱਚ ਨਾ ਉਹ ਗੱਲ ਤਾਂ ਸੁਣ ਲਓ ਬਹਿਣ ਤੋਂ ਬਾਅਦ ਚ ਅਸੀਂ ਇੱਥੋਂ ਮਾਵਾਂ ਭੈਣਾਂ ਦੀਆਂ ਗੁਆਲਾਂ ਵੀ ਇਹਨਾਂ ਦੇ ਗੁੰਡਿਆਂ ਨੇ ਖਾ ਲਈਆਂ ਚੌਂਕੀ ਇੰਚਾਰਜ ਮੌਕੇ ਤੇ ਮੌਜੂਦ ਸੀ ਚੌਂਕੀ ਇੰਚਾਰਜ ਇੱਥੇ ਪੁੱਛ ਲਓ ਵਿਕਟਰ ਭਾਈ ਹੋਣੀ ਮੈਡਮ ਇੱਕ ਚੀਜ਼ ਹੋਰ ਹੈ ਤੁਹਾਨੂੰ ਮੈਂ ਦੱਸਦਾ ਮੈਡਮ ਦੇਖੋ ਸਵੇਰੇ ਜਦੋਂ ਇੱਥੇ ਆਹ ਚੀਜ਼ ਵੇਖੀ ਪਹਿਲਾਂ ਆਏ ਜ਼ਿਮੀਦਾਰ ਉਹਨਾਂ ਨੂੰ ਲੈ ਕੇ ਲੇਬਰ ਨੂੰ ਲੈ ਕੇ ਅਸੀਂ ਉਹਨਾਂ ਨੂੰ ਰੋਕ ਦਿੱਤਾ ਫਿਰ ਬਾਅਦ ਚ ਆਏ ਰਾਣਾ ਗੁਰਜੀਤ ਦੇ ਬੰਦੇ ਮਸ਼ੀਨ ਲੈ ਕੇ ਠੀਕ ਆ ਨਾਲ ਲੈ ਕੇ ਆਏ ਮੈਡਮ ਘੱਟੋ ਘੱਟ 40-50 ਦੇ ਕਰੀਬ ਗੁੰਡੇ ਪੁਲਿਸ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਤੇ ਉਹਨਾਂ ਨੇ ਕਿਹਾ ਵੀ ਚੱਕੋ ਇਹਨੂੰ ਇੱਥੋਂ ਤੇ ਟ੍ਰਾਂਸਫਰ ਕਰੋ ਦੂਸਰੇ ਦੇ ਵਿੱਚ ਗੰਨਾ ਤੇ ਇਹ ਰਾਹ ਖਾਲੀ ਕਰੋ ਮੈਡਮ ਪੁਲਿਸ ਨੇ ਉਹਨਾਂ ਨੂੰ ਕੋਆਪਰੇਟ ਕੀਤਾ ਉਹ ਤੋਂ ਬਾਅਦ ਕੀ ਆ ਵੀ ਅਸੀਂ ਲੋਕ ਪੁਲਿਸ ਨਾਲ ਧੱਕੋ ਮੁੱਕੀ ਹੋਏ ਅਸੀਂ ਜਾ ਕੇ ਉਹ ਟਰਾਲੀ ਦੇ ਲਾਗੇ ਬਹਿ ਗਏ ਗੁੰਡੇ ਜਿਹੜੇ ਆ ਗੁੰਡੇ ਸਾਡੇ ਵੱਲ ਨੂੰ ਵਧੇ ਉੱਥੇ ਪੁਲਿਸ ਨੇ ਆਪਣਾ ਰੋਲ ਅਦਾ ਕੀਤਾ ਤੇ ਉਹਨਾਂ ਨੂੰ ਪਛਾਣ ਪਛਾਇਆ ਠੀਕ ਆ ਮੈਡਮ ਦੇਖੋ ਇੱਥੇ ਸਾਡਾ ਸਤਿਕਾਰਯੋਗ ਭਰਾ ਵਿਕਟਰ ਹੈ ਇੱਥੇ ਚੌਂਕੀ ਇੰਚਾਰਜ ਉਹਨੇ ਫੁੱਲ ਸਪੋਰਟ ਕੀਤੀ ਵੀ ਟਰਾਲੀ ਖਾਲੀ ਕਰਾ ਦੋ ਫਟਾਫਟ ਕੰਮ ਨਿਬੇੜ ਲਓ ਉਹ ਤੋਂ ਬਾਅਦ ਨਹੀਂ ਦਾਲ ਗਲੀ ਅਸੀਂ ਉੱਥੇ ਡਿੱਗਦੇ ਢਹਿੰਦੇ ਅਸੀਂ ਉਹਦੇ ਵਿੱਚ ਬਹਿ ਗਏ ਉੱਥੇ ਨਹੀਂ ਸਰ ਪਹੁੰਚੇ ਨਹੀਂ ਮੇਰੇ ਕੋਲ ਵੀਡੀਓ ਆ ਮੈਡਮ ਦੇਖੋ ਗੱਲ ਏਦਾਂ ਵਾ ਸਾਡੇ ਮਸਲੇ ਵਾਲਾ ਮੈਡਮ ਤੁਸੀਂ ਨਾ ਇੱਕ ਡੇਢ ਘੰਟੇ ਜਿਹੜਾ ਤੁਸੀਂ ਤੁਹਾਡੇ ਸਿਰ ਦਰਦ ਹੋਣ ਦਾ ਮੇਰਾ ਕੋਈ ਸਿਰ ਦਰਦ ਨਹੀਂ ਦਾ ਕੋਈ ਨਹੀਂ ਬਿਠਾ ਲਓ ਚਾਹ ਪਿਆ ਦੋ ਹੋਰ ਦੱਸੋ ਮੈਂ ਤਾਂ ਭੈਣ ਜੀ ਰੋਟੀਆਂ ਵੀ ਖਵਾਉਣੀਆਂ ਤੇ ਲੰਗਰ ਲਾਉਣ ਲੱਗੇ ਆ ਤੁਸੀਂ ਟੈਨਸ਼ਨ ਨਾ ਲਓ ਮੇਰੀ ਗੱਲ ਸੁਣ ਤੁਸੀਂ ਬਾਂਡੀ ਰਹੋ ਜੀ ਕੰਮ ਕੋਈ ਵੀ ਮੈਂ ਤੁਹਾਡੀ ਗੱਲਾਂ ਨਾਲ ਜਾਂ ਤੇ ਸਹਿਮਤ ਨਾ ਹੋਵਾਂ ਤੇ ਮੈਂ ਕਹਾਂਗੀ ਤੁਸੀਂ ਗਲਤ ਬੋਲ ਰਹੇ ਹੋ ਤੇ ਮੈਂ ਚੱਲੀ ਹਾਂ ਜੀ ਮਸਲੇ ਹੱਲ ਹੋਣ ਵਾਲੇ ਨੇ ਹੱਲ ਹੋਣ ਵਾਲੇ ਆ ਪਰ ਇਹ ਮੇਰੇ ਵੀ ਕਿਹਾ ਨਹੀਂ ਇੱਕਦਮ ਹੱਲ ਹੋਣੇ ਡੀਸੀ ਸਾਹਿਬ ਦੇ ਵੀ ਆਏ
ਇਲਾਕੇ ਤੇ ਜਾ ਕੇ ਇਕੱਲੀ ਇਕੱਲੀ ਚੀਜ਼ ਦੀ ਪੜਤਾਲ ਕੀਤੀ ਹੈ ਤੁਹਾਨੂੰ ਲੋਕਾਂ ਨੂੰ ਛੱਡ ਕੇ, ਉਹ ਕਮੇਟੀ ਹੀ ਉਹ ਸਾਰਾ ਕੁਝ ਪੜਤਾਲ ਕਰੇ। ਹੁਣ ਕੱਲ ਸਾਡੇ ਕੋਲ ਇੱਕ ਲੈਟਰ ਆਈ ਜਿਹਦੇ ਵਿੱਚ ਡੀਸੀ ਸਾਹਿਬ ਨੇ ਕਿਹਾ ਕਿ ਇਹ ਮੈਡਮ ਕੀ ਹੋਇਆ ਕਿ ਮਸਲਾ ਏਦਾਂ ਦਾ ਹੀ ਜਦੋਂ ਅੱਜ ਤੋਂ 2.5 ਸਾਲ ਪਹਿਲਾਂ ਬਣ ਗਿਆ, ਡੀਸੀ ਸਾਹਿਬ ਨੇ ਕਿਹਾ ਵੀ ਇੱਕ ਕਮੇਟੀ ਬਣਾ, ਕਮੇਟੀ ਬਣ ਗਈ ਜਿਹੜੀ ਤੁਸੀਂ ਹੁਣ ਕਮੇਟੀ ਦੀ ਗੱਲ ਕਰਦੇ ਪਏ ਨਾ, ਇਹ ਕਮੇਟੀ ਇੱਦਾਂ ਦੀ ਇੱਕ ਕਮੇਟੀ ਬਣ ਗਈ ਮੈਡਮ। ਉਹ ਕਮੇਟੀ ਨੇ ਰਿਪੋਰਟ ਬਣਾਈ ਟੋਟਲੀ ਸਾਡੇ ਅਗੇਂਸਟ ਤੇ ਮੇਲ ਵਾਲਿਆਂ ਦੇ ਹੱਕ ਚ ਮੈਡਮ, ਟੋਟਲ ਗਲਤ ਰਿਪੋਰਟ ਬਣਾ ਕੇ ਪੇਸ਼ ਕੀਤੀ ਮੈਡਮ। ਦੇਖੋ ਤੁਸੀਂ ਜਿਹੜੀ ਕਮੇਟੀ ਮੈਡਮ ਨਹੀਂ 2.5 ਸਾਲ ਨਹੀਂ, 2.5 ਸਾਲ ਨਹੀਂ, ਸੋਰੀ 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 ਸੋਰੀ
ਡੇਢ ਸਾਲ ਪਹਿਲਾਂ ਮੈਡਮ ਕਮੇਟੀ ਨੇ ਡੇਢ ਸਾਲ ਪਹਿਲਾਂ ਜਿਹੜੀ ਤੁਸੀਂ ਕਮੇਟੀ ਦੀ ਅੱਜ ਬਚਨ ਕਰ ਰਹੇ ਹੋ ਨਾ ਇੱਥੇ ਆਣ ਕੇ ਬੜਾ ਵਧੀਆ ਦੱਸ ਰਿਹਾ ਸਾਨੂੰ ਤਾਂ ਸੱਚੀ ਗੱਲ ਪੁੱਛੋ ਤੇ ਸਾਨੂੰ ਉਹ ਕਮੇਟੀ ਨੇ ਸਾਨੂੰ ਜਿਹੜਾ ਵਾ ਸਾਡਾ ਡੇਢ ਸਾਲ ਬਰਬਾਦ ਕਰਕੇ ਰੱਖ ਦਿੱਤਾ ਸਾਲ ਬਰਬਾਦ ਮੈਡਮ ਉਹਦੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਫਿਰ ਅਸੀਂ ਲੋਕ ਲੜੇ ਰੋਏ ਪਿੱਟੇ ਤੇ ਸਾਡੇ ਤੇ ਪਰਚੇ ਹੋ ਗਏ ਤੇ ਮੈਡਮ ਸਾਨੂੰ ਅੰਦਰ ਸੁੱਟ ਦਿੱਤਾ ਮੈਡਮ ਕਿਹੜੀਆਂ ਕਮੇਟੀਆਂ ਕਿਹੜੀ ਐਡਮਿਨਿਸਟ੍ਰੇਸ਼ਨ ਕਿਹੜਾ ਡੀਸੀ ਕਿਹੜਾ ਐਸਡੀਐਮ ਮੈਡਮ ਹੁਣ ਤੇ ਹਾਰ ਕੇ ਧਰਨਾ ਲਾ ਦਿੱਤਾ ਆਪਣਾ ਸਮਾਂ ਨੀ ਬਰਬਾਦ ਕਰਾਂਗੇ ਐਡਮਿਨਿਸਟ੍ਰੇਸ਼ਨ ਦਾ ਸਮਾਂ ਨੀ ਬਰਬਾਦ ਕਰਾਂਗੇ ਉਸੇ ਵੇਲੇ ਉੱਠਾਂਗੇ ਬਸ ਟੂ ਰਿਪੋਰਟ ਇਸ ਰਸਤੇ ਦਾ ਕੀ ਚਾਹੀਦਾ ਇਸ ਰਸਤੇ ਇਹ ਰਸਤਾ ਸਾਨੂੰ ਸਾਡੇ ਪਿੰਡ ਦਾ ਰਸਤਾ ਵਾ ਜੱਦੀ ਪੁਸ਼ਤੀ ਰਸਤਾ ਵਾ ਨਾ ਖਾਲੀ ਨਾ ਭਰੀ ਹਾਂ ਇਹਦਾ ਹੱਕ ਬਣਦਾ ਵਾ ਆਪਣਾ ਸਕੂਟਰ ਮੋਟਰਸਾਈਕਲ ਕਾਰ ਲੰਘਾਉਂਦੇ ਅਸੀਂ ਇਹਨੂੰ ਨਹੀਂ ਰੋਕਾਂਗੇ ਕਿਉਂਕਿ ਇਹਨੇ ਪ੍ਰੋਪਰਟੀ ਪਰਚੇਜ਼ ਕੀਤੀ ਪਰ ਕਮਰਸ਼ੀਅਲ ਯੂਜ਼ਸ ਨਹੀਂ ਲਵਾਂਗੇ ਅਸੀਂ ਨਾ ਕੋਈ ਟਰੱਕ ਨਗਰ ਲਵਾਂਗੇ ਨਾ ਖਾਲੀ ਨਾ ਭਰਿਆ ਬਸ ਮੈਡਮ ਦੋ ਹਰਫ ਠੀਕ ਥੈਂਕ ਯੂ ਮੈਡਮ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਤਿਕਾਰਯੋਗ ਸਾਡੇ ਜਿਹੜੇ ਤਹਿਸੀਲਦਾਰ ਸਾਹਿਬ ਆ ਸਾਡੇ ਮੈਡਮ ਰੋਬਨਜੀਤ ਕੌਰ ਉਹਨਾਂ ਨੇ ਸਾਡੇ ਨਾਲ ਕੁਝ ਖੱਟੀਆਂ ਮਿੱਠੀਆਂ ਗਈਆਂ ਮਤਲਬ ਕਦੀ ਟੋਨ ਥੋੜੀ ਤਾਂ ਚਾਹ ਠਾਂ ਹੋ ਜਾਂਦੀ ਸੀ ਖੈਰ ਵਧੀਆ ਗੱਲ ਕੀਤੀ ਆ ਸਾਨੂੰ ਉਮੀਦ ਆ ਪ੍ਰਸ਼ਾਸਨ ਤੋਂ ਕਿ ਸਾਨੂੰ ਕੋਈ ਨਾ ਕੋਈ ਨਿਆਂ ਜ਼ਰੂਰ ਮਿਲੇਗਾ